ਪੰਜਾਬ 'ਚ 145% ਦਰ ਨਾਲ ਕੱਢਿਆ ਜਾ ਰਿਹਾ ਪਾਣੀ ਪੰਜਾਬ ਦੇ 138 ਬਲਾਕਾਂ 'ਚੋਂ 103 ਖਤਰੇ ਦੇ ਨਿਸ਼ਾਨਦੇ ਇਲਾਕੇ ਪਹੁੰਚੇ ਲੁਧਿਆਣੇ ਦਾ ਬੁੱਢਾ ਨਾਲਾ ਭਾਰਤ ਦਾ ਸਭ ਤੋਂ ਦੂਸ਼ਿਤ ਨਾਲਾ ਇਸ ਸਮੇਂ 11 ਲੱਖ 68 ਹਜ਼ਾਰ ਟਿਊਬਵਲ ਧਾਰਤੀ 'ਚੋਂ ਖਿੱਚ ਰਹੇ ਨੇ ਪਾਣੀ ਇਜ਼ਰਾਈਲ ਦੀ ਹੁਲੇ ਕਾਟੇ ਜੇ ਜ਼ਮੀਨਦੋਜ਼ ਪਾਣੀ ਖਤਮ ਹੋ ਚੁੱਕਿਆ ਹੈ ਅਮਰੀਕਾ ਦੇ ਟੈਕਸਨ 'ਚ ਜਮੀਨੀ ਪਾਣੀ 1500 ਫੁੱਟ ਤੱਕ ਹੇਠਾਂ ਗਿਆ ਇਸ ਮੁੱਦੇ ਤੇ ਗੱਲ ਤਾਂ ਕਰਦੇ ਆਂ ਪਰ ਗੱਲ ਉਸ ਤਰ੍ਹਾਂ ਨਹੀਂ ਹੁੰਦੀ ਜਿਸ ਤਰ੍ਹਾਂ ਮੇਰੇ ਹਿਸਾਬ ਦੇ ਨਾਲ ਹੋਣੀ ਚਾਹੀਦੀ ਹੈ ਮੈਂ ਵੀ ਗੱਲ ਤਾਜ਼ੀ ਖਬਰ ਤੋਂ ਸ਼ੁਰੂ ਕਰਦਾ ਤੇ ਅਸਲ ਦੇ ਵਿੱਚ ਗੱਲ ਹੈ ਕਿ ਤੇ ਇਹਦੇ ਨੇੜੇ ਅੱਪੜ ਸਕਾ ਇਹ ਕੋਸ਼ਿਸ਼ ਰਹੀ ਗਈ ਖਬਰ ਆਈ ਹੈ ਕਾਲਾ ਸੰਗਿਆ ਡਰੇਨ ਚ ਪੈ ਰਹੇ ਪ੍ਰਦੂਸ਼ਿਤ ਜ਼ਹਿਰੀਲੇ ਪਾਣੀ ਵਿਰੁੱਧ ਕਿਸਾਨਾਂ ਦੀ ਜਥੇਬੰਦੀ ਨੇ ਲਾਇਆ ਮੋਰਚਾ ਤੇ ਉਹਦੇ ਵਿੱਚ ਕੀ ਕੁਝ ਕੀਤਾ ਇਹ ਵੀ ਦੇਖਾਂਗੇ ਆਵਾਜ਼ਾਂ ਹੀ ਠੱਪ ਕਰ ਦਿੱਤੀ ਹੈ ਤੇ ਸਰਕਾਰ ਨੂੰ ਵੀ ਇਸ ਮਸਲੇ ਦਾ ਹੱਲ ਪੱਕਾ ਕਰਨ ਲਈ ਇੱਕ ਤਰ੍ਹਾਂ ਨਾਲ ਕਿਸਾਨਾਂ ਨੇ ਅਪੀਲ ਕੀਤੀ ਹੈ ਹਾਂ ਇਹ ਜ਼ਰੂਰ ਹੈ ਕਿ ਕਿਸਾਨਾਂ ਦਾ ਸਿੱਧਾ ਸਵਾਲ ਸੀ ਕਿ ਡਰੇਨ ਦੇ ਵਿੱਚ ਜੇ ਇਸੇ ਹਿਸਾਬ ਦੇ ਨਾਲ ਗੰਦਾ ਪਾਣੀ ਪੈਂਦਾ ਰਿਹਾ ਤਾਂ 14 ਸਤੰਬਰ ਨੂੰ ਆਉਣ ਵਾਲੀ ਜਿਹੜੀ 14 ਸਤੰਬਰ ਹੈਗੀ ਹੈ ਉਹਦੇ ਦੂਜੇ ਤਰੀਕ ਨਾਲ ਜਿਹੜਾ ਦੂਜਾ ਤਰੀਕਾ ਹੈ ਕਿਸਾਨਾਂ ਦਾ ਉਹਦੇ ਹਿਸਾਬ ਦੇ ਨਾਲ ਨਿਬੜੇ ਜਾਊਗਾ ਤੇ ਸੜਕ ਜਿਹੜੀ ਹੈਗੀ ਜਾਮ ਕੀਤੀ ਜਾਊਗੀ ਦਰਸ਼ਕਾਂ ਦੇ ਧਿਆਨ ਦੇ ਵਿੱਚ ਦੱਸ ਦਿੰਦਾ ਕਿ ਇਹ ਉਹੀ ਮਸਲਾ ਹੈ ਜਿਹੜਾ 2008 ਤੇ ਫਿਰ 2011 ਦੇ ਵਿੱਚ ਹੀ ਵਿਚਾਰਿਆ ਗਿਆ ਸੀ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਅਗਵਾਈ ਦੇ ਵਿੱਚ ਸਭ ਤੋਂ ਪਹਿਲਾਂ ਕਾਲਾ ਸੰਗਿਆ ਡਰੇਨ ਦੇ ਵਿੱਚ ਪਾਏ ਜਾ ਰਿਹਾ ਜ਼ਹਿਰੀਲੇ ਪਾਣੀ ਨੂੰ ਰੋਕਣ ਦੀ ਮਹਮ ਸ਼ੁਰੂ ਕੀਤੀ ਗਈ ਸੀ ਪਰ ਅਫਸਰ ਸ਼ਾਹੀ ਦੇ ਟੀਟਪੁਰੇ ਦੀ ਕਹਿ ਲੋ ਕਿ ਮਸਲਾ ਹੱਲ ਹੇ ਤੱਕ ਨਹੀਂ ਹੋ ਸਕਿਆ ਹੈ ਹੁਣ ਇਸ ਮਸਲੇ ਨੂੰ ਜੇ ਮੈਂ ਪੂਰੇ ਪੰਜਾਬ ਦੇ ਪਾਣੀ ਦੀ ਸਾਰੀ ਤਾਂ ਨਹੀਂ ਆਪਣੀ ਵਿੱਤ ਮੁਤਾਬਕ ਥੋੜੀ ਵੀ ਹਾਲ ਬਿਆਨਨੀ ਕਰ ਸਕਦਾ ਤਾਂ ਪੰਜਾਬ ਦਾ ਪਾਣੀ ਉਦਯੋਗਾਂ ਦੀਆਂ ਪਾਈਪਾਂ ਦੀ ਭੇਟ ਚੜ ਰਿਹਾ ਹੈ ਤੇ ਹਾਲਾਤ ਦਿਨੋ ਦਿਨ ਹੋਰ ਤੋਂ ਹੋਰ ਖਰਾਬ ਹੁੰਦੇ ਜਾ ਰਹੇ ਇਸ ਖਾਸ ਰਿਪੋਰਟ ਰਾਹੀਂ ਇਹੋ ਤਾਰ ਛੇੜਨ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਅਸੀਂ ਬਰੀਕੀ ਦੇ ਨਾਲ ਸਮਝ ਸਕੀਏ ਕਿ ਪੰਜਾਬ ਦਾ ਪਾਣੀ ਜੇ ਨਾ ਸੰਭਲੇ ਤਾਂ ਪੀਣ लायक ਤਾਂ ਬਚਣਾ ਹੀ ਨਹੀਂ ਹੈ ਦੇਖੋ ਇਹ ਖਾਸ ਰਿਪੋਰਟ ਲੰਗੇ ਸਾਲਾਂ ਚ ਰਿਪੋਰਟ ਜਾਰੀ ਹੋਈ ਕਿ ਪੰਜਾਬ ਦਾ ਦਰਿਆਈ ਪਾਣੀ ਈ ਗ੍ਰੇਡ ਹੈ 23 ਸੈਂਪਲ ਪਰੇਗੇ ਤੇ 17 ਦੀ ਰਿਪੋਰਟ ਹੀ ਨਹੀਂ ਹੈ ਜਿੰਨੇ ਕ ਰਿਪੋਰਟ ਆਈ ਉਹ ਤਸੱਲੀ ਬਖਸ਼ ਨਹੀਂ ਸੀ ਸੂਬੇ ਦੀ ਗੱਲ ਕਰਾਂ ਤਾਂ ਹੁਣ ਨੁਕਸਾਨ ਦਾ ਇੱਕ ਹੁੰਦਾ ਜਾ ਰਿਹਾ ਪੰਜਾਬ ਦਾ ਪਾਣੀ ਨੁੱਖੀ ਵਰਤੋਂ ਦੇ ਵੀ ਯੋਗ ਨਹੀਂ ਰਿਹਾ ਸਤਲੁਜ ਅਤੇ ਕੱਗੜ ਡਰੇਨਾ ਚ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਧਰਤੀ ਚ ਜ਼ਹਿਰ ਕੋੜ ਰਿਹਾ ਹੈ ਕਈ ਦਰਿਆ ਮਛ ਤਾਂ ਲੋਕ ਮਰੇ ਹੋਏ ਪਸ਼ੂਆਂ ਨੂੰ ਪਾਣੀ ਚ ਹੀ ਸੁੱਟੇ ਜਾਂਦੇ ਨੇ ਬਾਕੀ ਕਸਰ ਸਾਡੇ ਰੀਤੀ ਰਿਵਾਜਾਂ ਨੇ ਕੱਢੀ ਹੋਈ ਹੈ ਤੇ ਫਿਰ ਸੈਂਪਲ ਮਾੜੇ ਹੀ ਆਉਣਗੇ ਹਾਲਾਤ ਖਰਾਬ ਹੀ ਹੋਣਗੇ ਜੇ ਬੰਦਾ ਆਪ ਹੀ ਆਪਣੇ ਪਾਣੀਾਂ ਚ ਜ਼ਹਿਰ ਕੋੜ ਰਿਹਾ ਹੈ ਹਾਂ ਇਹ ਜ਼ਰੂਰ ਹੈ ਕਿ ਅਸੀਂ ਸਵੇਰੇ ਸ਼ਾਮ ਪੰਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਅਰਥ ਕੱਢਦੇ ਨਹੀਂ ਥੱਕਦੇ ਸਿਕਰ ਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤਿੰਨ ਦਰਿਆਵਾਂ ਦੇ ਵੱਖ-ਵੱਖ ਥਾਵਾਂ 'ਤੇ ਲਈ ਗਏ 23 ਸੈਂਪਲਾਂ 'ਚੋਂ 17 ਨਮੂਨਿਆਂ ਦੀ ਰਿਪੋਰਟ ਤਸ਼ਲੀਬਖਸ਼ ਨਹੀਂ ਰਹੀ। ਇਸ ਤੋਂ ਪਤਾ ਚੱਲਦਾ ਹੈ ਕਿ ਨਹਾਉਣ ਯੋਗ ਅਤੇ ਪੀਣ ਯੋਗ ਪਾਣੀ ਭਵਿਕ ਵਿੱਚ ਹੋਰ ਦੂਸ਼ਿਤ ਹੋਵੇਗਾ। ਦੱਸਣ ਯੋਗ ਇਹ ਵੀ ਹੈ ਕਿ ਤਿੰਨ ਦਰਿਆਵਾਂ ਦੇ 40 ਸੈਂਪਲ ਪੁਆਇੰਟ ਲਏ ਗਏ ਨੇ। ਇਹ ਸਾਥ ਲੂਚ 'ਚ 16, ਬਿਆਸ 'ਚ 10 ਤੇ ਕੱਗਰ 'ਚ 14 ਨੇ। ਇਹਨਾਂ ਪੁਆਇੰਟਾਂ 'ਤੇ ਹਰ ਮਹੀਨੇ 54 ਸੈਂਪਲ ਲਏ ਜਾਂਦੇ ਨੇ ਜਿਨ੍ਹਾਂ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਾਟਰ ਐਕਟ ਤਹਿਤ ਇਸ ਦੇ ਬਾਵਜੂਦ ਪਾਣੀ ਨੂੰ ਦੂਸ਼ਿਤ ਕਰਨ ਦਾ ਸਿਲਸਿਲਾ ਹਲੇ ਰੁਕਿਆ ਨਹੀਂ ਪੰਜਾਬ ਚ ਉਦਯੋਗਾਂ ਦਾ ਦੂਸ਼ਿਤ ਪਾਣੀ ਚੋਰੀ ਛੁਪੇ ਦਰਿਆਵਾਂ ਵਿੱਚ ਛੱਡਣ ਕਾਰਨ ਜ਼ਿਆਦਾਤਰ ਸੈਂਪਲ ਡੀ ਅਤੇ ਈ ਕੁਆਲਿਟੀ ਦੇ ਆ ਰਹੇ ਨੇ ਦਰਿਆਵਾਂ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜਲ ਕ੍ਰਾਂਤੀ ਲਿਆਂਉਣ ਸਮੇਂ ਦੀ ਮੁੱਖ ਲੋੜ ਬਣਦੀ ਜਾ ਰਹੀ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਸੂਬੇ ਅੰਦਰ 11 ਆਟੋਮੈਟਿਕ ਇਨਸਟਰੂਮੈਂਟ ਲਗਾਏ ਗਏ ਨੇ ਜਿਨ੍ਹਾਂ ਚੋਂ 4-7 ਵਿੱਚ ਇੱਕ ਵਿਆਸ ਚਰਕਾ ਅਗਰ ਪਟਿਆਲਾ ਦੇ ਬੁੱਢਾ ਨਾਲਾ ਚ ਨੇ ਜੋ ਆਨਲਾਈਨ ਸਿਸਟਮ ਛੋੜੇ ਗਏ ਨੇ ਜਿਨ੍ਹਾਂ ਦਾ ਨਤੀਜਾ ਵੀ ਮਿਲ ਜੇ ਮੈਂ ਦੂਸ਼ਿਤ ਪਾਣੀਆਂ ਦੇ ਸਰੋਤਾਂ ਦੀ ਸੂਚੀ ਦੀ ਗੱਲ ਕਰਾਂ ਤਾਂ ਬੁੱਢਾ ਨਾਲਾ, ਲੁਧਿਆਣਾ, ਸਤਲੁਜ ਬਈ, ਮੁਵਾਰਖਪੁਰਾ, ਰੈਸਟ ਹਾਊਸ ਧਰਮਕੋਟ, ਨਕੋਦਰ ਕਾਗਰ, ਪਾਖਰਪੁਰ, ਸ਼ਰਮਲ ਨਦੀ ਦੇ ਤਿੰਨ ਨਮੂਨੇ, ਦੋ ਡਰੇਨਾਂ ਦੇ ਸੈਂਪਲ, ਟਕਾਨਸੂ ਨਾਲਾ ਦੇ ਦੋ ਨਮੂਨੇ, ਸਰਦੂਲਗੜ੍ਹ, ਚੰਦਰਮਾ, ਰਤਨਖੇੜੀ, ਖਨੌਰੀ ਆਦਿ ਨਹੀਂ। ਹਾਲਾਂਕਿ ਤਸੱਲੀਬਖਸ਼ ਪਾਣੀਆਂ ਦੇ ਸਰੋਤਾਂ ਦੀ ਸੂਚੀ 'ਚ ਕਾਲੀ ਬਿਆਸ, ਬਿਆਸ ਤਰਿਆ, ਮੁਕੇਰੀਆ ਪੁਆਇੰਟ ਰੋਪੜ ਹੈਡਵਰਕਰਸ ਸਤਲੁਜ ਪੇਪਰ ਮਿਲ ਸਤਲੁਜ ਹਰੀਕੇ ਆਦਿ ਸ਼ਾਮਲ ਨੇ ਵੈਸੇ ਇਕੱਲੇ ਪੰਜਾਬ ਚ ਨਹੀਂ ਪੂਰੇ ਸੰਸਾਰ ਚ ਪਾਣੀ ਦਾ ਸੰਕਟ ਬੁਰੀ ਤਰ੍ਹਾਂ ਵਧਦਾ ਚਾਰ ਰਿਹਾ ਪਰ ਅਸੀਂ ਪਾਣੀ ਨੂੰ ਟਿਚ ਸਮਝਣ ਚ ਕੋਈ ਕਸਰ ਨਹੀਂ ਛੱਡ ਰਹੇ ਇੱਕ ਪਾਸੇ ਖਦਸ਼ਾ ਹੈ ਕਿ ਪਾਣੀ ਮੁੱਕ ਜਾਵੇਗਾ ਦੂਜੇ ਪਾਸੇ ਹਾਲਾਤ ਇਹ ਨੇ ਕਿ ਅਸੀਂ ਪਾਣੀ ਚ ਗੰਦਬੰਦ ਰੋੜਨ ਚ ਕੋਈ ਕਸਰ ਹੀ ਨਹੀਂ ਛੱਡ ਰਹੇ ਪੰਜਾਬ ਤੋਂ ਹਟ ਕੇ ਗੱਲ ਕਰਾਂ ਤਾਂ ਅਮਰੀਕਾ ਦੇ ਟਕਸਨ ਇਲਾਕੇ 'ਚ ਪਾਣੀ ਦੀ ਦਰਵਾਰਤ ਤੋਂ ਕਾਰਨ ਪਾਣੀ ਦਾ ਜ਼ਮੀਨਦੋਸ ਪੱਧਰ 1500 ਫੁੱਟ ਤੱਕ ਹੀਟਾਂ ਚਲੇ ਗਿਆ ਜਿਸ ਕਾਰਨ ਹੁਣ ਇਹ ਸ਼ਹਿਰ ਆਪਣੇ ਲੋਕਾਂ ਨੂੰ ਖੇਤੀ ਅਤੇ ਪੀਣ ਲਈ ਪਾਣੀ ਕੋਲ ਰਾਡੋ ਨਦੀ ਤੋਂ ਖਰੀਦ ਦੇ ਕੇ ਦੇ ਰਿਹਾ ਹੈ ਮੈਕਸੀਕੋ ਸ਼ਹਿਰ ਪਾਣੀਆਂ ਦਾ ਸੋਮਾ ਸੀ ਜੋ ਕਿ ਟਾਪੂ ਦੀ ਤਰ੍ਹਾਂ ਨਜ਼ਰ ਆਉਂਦਾ ਸੀ ਪਰ ਪਾਣੀ ਦੀ ਦਰਵਾਰਤ ਤੋਂ ਕਾਰਨ ਸ਼ਹਿਰ ਦੇ ਆਲੇ ਦੁਆਲੇ ਪਾਣੀ ਦੀ ਬੁਰੀ ਤਰ੍ਹਾਂ ਘਾਟ ਮਹਿਸੂਸ ਹੋ ਰਹੀ ਹੈ ਜ਼ਮੀਨ ਦੋਜ਼ ਪਾਣੀ ਦੇ ਪਹਿਲੇ ਪਤਨ ਦੇ ਖਤਮ ਹੋ ਜਾਣ ਕਾਰਨ ਅੱਜ ਸ਼ਹਿਰ 30 ਫੁੱਟ ਜ਼ਮੀਨ ਵਿੱਚ ਤਸ ਚੁੱਕਿਆ ਹੈ ਇਜ਼ਰਾਈਲ ਦੀ ਹੁਲੇ ਘਾਟੀ ਚ ਜ਼ਮੀਨ ਦੋਜ਼ ਪਾਣੀ ਖਤਮ ਹੋ ਚੁੱਕਿਆ ਇਸ ਕਾਰਨ ਇਥੋਂ ਦੇ ਘਰ ਜ਼ਮੀਨ ਵਿੱਚ ਤਸ ਰਹੇ ਨੇ ਜਾਰਡਨ ਵਿੱਚ ਇੱਕ ਅਜ਼ਰਾਕ ਨਾ ਦਾ ਨਖਲਿਸਤਾਨ ਹੋਇਆ ਕਰਦਾ ਸੀ 1980 ਚ ਜਾਰਡਨ ਵੱਲੋਂ ਇਥੋਂ ਪਾਣੀ ਕੱਢਣ ਕਰਕੇ ਇਹ ਗੰਦਗੀ ਦੇ ਟੇਰ ਚ ਬਦਲ ਚੁੱਕਿਆ ਲੀਬੀਆ ਵਿੱਚ ਵੀ ਜ਼ਮੀਨ ਦੋਜ਼ ਪਾਣੀ ਖਤਮ ਹੋ ਰਿਹਾ ਜੋ ਕਿ ਕੁਫਰਾ ਬੋਸਨ ਤੋਂ ਪੀਣ ਲਈ ਪਾਈਪਾਂ ਰਾਹੀਂ ਪਾਣੀ ਮੰਗਵਾ ਰਿਹਾ ਹੈ ਪਾਰਟੇ ਦੇ ਕਈ ਪ੍ਰਾਂਤਾਂ ਰਾਜਸਥਾਨ, ਉੜੀਸਾ, ਬਿਹਾਰ ਚ ਪਾਣੀ ਕਰਕੇ ਦਿੱਕਤਾਂ ਵਧ ਰਹੀਆਂ ਨੇ ਇਥੋਂ ਤੱਕ ਹਿੰਦੂ ਭਾਈਚਾਰੇ ਦੀ ਪਾਵਨ ਨਦੀ ਗੰਗਾ ਵੀ ਅਪਵਿੱਤਰ ਹੋ ਚੁੱਕੀ ਹੈ ਕਿਉਂਕਿ ਸਨਿਤਕਾਰਾਂ ਨੇ ਉਸ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ ਕਈ ਸੰਥ ਤੇ ਸਮਾਜਿਕ ਸੰਸਥਾਵਾਂ ਉਸ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਜਦੋ ਜਹਿਦ ਕਰ ਰਹੀਆਂ ਨੇ ਪੰਚਤਰੀਆਵਾਦੀ ਧਰਤੀ ਦੇ ਨਾਮ ਤੇ ਪ੍ਰਸਿੱਧ ਪ੍ਰਾਂਤ ਪੰਜਾਬ ਵੀ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ 145% ਦੀ ਦਰ ਨਾਲ ਖੜ੍ਹਾ ਜਾ ਰਿਹਾ ਜਿਸ ਕਾਰਨ ਪਾਣੀ ਦਾ ਪੱਧਰ ਖਤਰੇ ਦੀ ਹੱਦ ਪਾਰ ਕਰਦਾ ਜਾ ਰਿਹਾ ਪੰਜਾਬ ਚ ਕੋਲ 138 ਬਲਾਕ ਨੇ ਜਿਨ੍ਹਾਂ ਜੋ 103 ਅਜੇ ਹਿਨੀ ਜਿੱਥੇ ਖਤਰੇ ਦੀ ਹੱਦ ਤੋਂ ਵੱਧ ਪਾਣੀ ਕੱਢਿਆ ਜਾ ਚੁੱਕਿਆ ਪੰਜ ਬਲਾਕ ਖਤਰੇ ਦੀ ਸਥਿਤੀ ਚ ਨੇ ਤੇ ਚਾਰ ਬਲਾਕ ਖਤਰੇ ਵੱਲ ਵੱਧ ਰਹੇ ਨੇ ਬਾਕੀ ਬਲਾਕਾਂ ਚ ਖਤਰੇ ਵਾਲੀ ਹਾਲਤ ਨਹੀਂ ਹੈ ਪਰ ਉਹਨਾਂ ਦਾ ਪਾਣੀ ਵੀ ਪੀਣ ਯੋਗ ਨਹੀਂ ਰਹਾ ਜ਼ਮੀਨਦੋਜ਼ ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੋਈ ਅਜਿਹਾ ਜ਼ਿਲ੍ਹਾ ਹੀ ਨਹੀਂ ਜਿਸ ਦਾ ਪਾਣੀ ਮਲੀਨ ਨਾ ਹੋਵੇ ਮਾਲਵੇ ਦੀ ਜ਼ਮੀਨ ਚ ਸੰਖਿਆ ਵੱਡੀ ਮਾਤਰਾ ਚ ਮਿਲ ਰਹੀ ਹੈ ਇਸ ਕਾਰਨ ਇਲਾਕੇ ਚ ਕੈਂਸਰ ਕਾਲਾ ਫੀਲੀਆ ਬੇਵਲਾਦਪਨ ਤੇ ਕਿਡਨੀ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਬੁੱਡਾਂ ਨਾਲਾ ਇਸ ਸਮੇਂ ਭਾਰਤ ਦਾ ਸਭ ਤੋਂ ਵੱਧ ਦੂਸ਼ਿਤ ਨਾਲਾ ਹੈ ਇਸ ਨਾਲ ਵਲੀਪੁਰਾ ਕਲਾ ਨੇੜੇ ਸਤਲੁਜ ਦਰਿਆ 'ਚ ਮਿਲ ਜਾਂਦਾ ਹੈ ਇਸ ਥਾਂ ਤੋਂ ਦਰਿਆ ਦਾ ਰੰਗ ਪੂਰੇ ਤੌਰ ਤੇ ਖਾਲਾ ਹੋ ਜਾਂਦਾ ਆ ਕਿਉਂ ਜਾ ਕੇ ਸਤਲੁਜ ਚ ਫਗਵਾੜਾ ਡ੍ਰੇਨ ਜਮਸ਼ੇਰ ਡ੍ਰੇਨ ਕਾਲਾ ਸੰਘਿਆ ਡ੍ਰੇਨ ਚਿੱਟੀ ਵਈ ਰਾਹੀਂ ਸਤਲੁਜ ਚ ਆ ਪੈਂਦੀਆਂ ਨੇ ਇਹਨਾਂ ਡ੍ਰੇਨਾਂ ਰਾਹੀਂ ਵੀ ਨੀਰੀਆਂ ਜ਼ਹਿਰਾਂ ਹੀ ਇਸ ਦਰਿਆ ਚ ਪੈ ਰਹੀਆਂ ਨੇ ਸਤਲੁਜ ਦਰਿਆ ਹਰੀਕੇ ਪੱਤਨ ਤੇ ਬਿਆਸ ਨਾਲ ਮਿਲ ਜਾਂਦਾ ਜਿੱਥੋਂ ਦੋ ਨਹਿਰਾਂ ਰਾਹੀਂ ਇਸ ਦਾ ਜ਼ਹਿਰੀਲਾ ਪਾਣੀ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਜਿੱਥੇ ਜਿੱਥੇ ਲੋਕਿ ਪਾਣੀ ਪੀਣ ਲਈ ਵਰਤਦੇ ਨੇ ਉੱਥੇ ਉੱਥੇ ਕੈਂਸਰ ਤੇ ਕਾਲੇ ਪਿਗਲੇ ਦੇ ਮਰੀਜ਼ਾਂ ਦੀ ਗਿਣਤੀ ਦੂਜੇ ਥਾਵਾਂ ਤੇ ਮੁਕਾਬਲੇ ਵਧੇਰੇ ਵਾਝੰਦੀ ਆ ਲੁਧਿਆਣਾ ਚ ਗੰਦੇ ਨਾਲੇ ਦੇ ਆਸ-ਪਾਸ ਪਾਣੀ ਵੀ ਜ਼ਹਿਰੀਲਾ ਹੋ ਚੁੱਕਿਆ ਮਲੇਰਕੋਟਲਾ ਕੋਲ ਵਕਤੀ ਡਰੇਨ ਵੀ ਇਸੇ ਨਾਲੇ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਪਈ ਹੈ ਕਿਸਾਨ ਇਸ ਰਾਹੀਂ ਜ਼ਹਿਰ ਦੀ ਖੇਤੀ ਕਰ ਰਹੇ ਨੇ ਜੋ ਕਿ ਕੈਂਸਰ ਤੇ ਕਾਲਾ ਪੀੜਾ ਲੋਕਾਂ ਨੂੰ ਵੰਡ ਰਹੀ ਹੈ ਮਲੇਰਕੋਟਲਾ ਭਾਰਤ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਮੰਨੀ ਜਾਂਦੀ ਹੈ ਜਿੱਥੇ ਸਾਰੇ ਭਾਰਤ ਵਿੱਚੋਂ ਸਬਜ਼ੀਆਂ ਸਪਲਾਈ ਹੁੰਦੀਆਂ ਨੇ ਉਹ ਸਬਜ਼ੀਆਂ ਗੰਦੇ ਨਾਲੇ ਦੇ ਪਾਣੀ ਦੇ ਪ੍ਰਦੂਸ਼ਿਤ ਪਾਣੀ ਕਾਰਨ ਹੀ ਉਗ ਚ ਰਹੀਆਂ ਨੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਮਲੀਨ ਪਾਣੀ, ਹਵਾ ਤੇ ਸਬਜ਼ੀਆਂ ਖਾ ਰਹੇ ਨੇ ਤੇ ਮੌਤ ਨੂੰ ਜਫਾ ਪਾ ਰਹੇ ਨੇ। ਪਾਣੀ ਦੇ ਮਲੀਨ ਹੋਣ ਦਾ ਕਾਰਨ ਸਨਅਤ ਤੇ ਨਗਰ ਨਿਗਮ ਵੱਲੋਂ ਦਰਿਆਵਾਂ ਵਹਈਆਂ 'ਚ ਮਲਾਈ ਜਾ ਰਹੀ ਗੰਦਗੀ ਹੈ। ਇਸੇ ਕਾਰਨ ਜ਼ਮੀਨਦੋਜ਼ ਪਾਣੀ ਵੀ ਜ਼ਹਿਰੀਲਾ ਹੋ ਰਿਹਾ, ਖੇਤੀਬਾੜੀ ਵੀ ਜ਼ਹਿਰੀਲੀ ਹੋ ਰਹੀ ਹੈ। ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਨਾ ਹੀ ਅਜਿਹੀਆਂ ਸਨਅਤਾ ਵਿਰੋਧ ਕਾਰਵਾਈ ਕਰ ਰਹੀ ਹੈ ਜੋ ਕਿ ਪੰਜਾਬ ਵਿੱਚ ਕੈਂਸਰ, ਕਾਲੀਆ ਪੀਲੀਆ ਤੇ ਹੋਰ ਬਿਮਾਰੀਆਂ ਦੇ ਜ਼ਿੰਮੇਵਾਰ ਨੇ। ਇਸ ਤੋਂ ਇਲਾਵਾ ਲਗਭਗ 30 ਕੀਟਨਾਸ਼ਕ ਦਵਾਈਆਂ ਜਿਨ੍ਹਾਂ ਉੱਪਰ ਭਾਰਤ ਪਾਬੰਦੀ ਲਗਾ ਚੁੱਕ ਕਿਸਾਨ ਬਿਨਾਂ ਖੇਤੀਵਾੜੀ ਮਾਇਰਾਂ ਦੀ ਹਦਾਇਤਾਂ ਦੇ ਕੀੜੇ ਮਾਰ ਦਵਾਈਆਂ ਫਸਲਾਂ ਤੇ ਛਿੜਕਾ ਰਹੇ ਨੇ ਵਾਤਾਵਰਣ ਮਾਹਿਰ ਵਾਰ-ਵਾਰ ਕਹਿੰਦੇ ਨੇ ਕਿ ਸਰਕਾਰ ਪਹਿਲਾਂ ਪ੍ਰਦੂਸ਼ਣ ਫਲਾਉਣ ਤੇ ਪਾਣੀ ਨੂੰ ਗੰਦਾ ਕਰਨ ਵਾਲੇ ਉਦਯੋਗਾਂ ਨੂੰ ਵਧਾਉਂਦੀ ਹੈ ਤੇ ਫਿਰ ਕੂੜਾ ਹਟਾਉਣ ਦੀ ਯੋਜਨਾ ਬਣਾਉਂਦੀ ਹੈ ਇਹਨਾਂ ਦੋਵਾਂ ਕੰਮਾਂ 'ਚ ਰਾਸ਼ਟਰੀ ਖਜ਼ਾਨੇ ਦਾ ਉਜਾੜਾ ਹੁੰਦਾ ਹੈ ਪ੍ਰਸ਼ਟ ਆਫਰ ਸ਼ਾਹੀ ਤਾਂ ਮਾਲੂਮਾਲ ਹੋ ਜਾਂਦੀ ਹੈ ਪਰ ਜ਼ਿਆਦਾਤਰ ਲੋਕ ਇਸ ਨਾਲ ਬੇਕਾਰ ਬੇਮਾਰ ਕੰਗਾਲ ਹੋ ਜਾਂਦੇ ਨੇ ਵਿਗਿਆਨੀ ਤੇ ਵਾਤਾਵਰਨ ਪ੍ਰੇਮੀ ਵਾਰ-ਵਾਰ ਚੇਤਾਵਨੀ ਦੇ ਰਹੇ ਨੇ ਕਿ ਜ਼ਮੀਨਦੋਜ਼ ਪਾਣੀ ਖਤਰੇ ਦੀ ਸਥਿਤੀ ਚ ਜੇਕਰ ਝੋਨੇ ਦੀ ਖੇਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਪੰਜਾਬ ਨੂੰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਵਿੱਚ ਝੋਨੇ ਦੀ ਖੇਤੀ ਹੈਕਟਾਰ ਰਕਬਾ 27 ਲੱਖ ਹੈਕਟੇਅਰ ਤੋਂ ਉੱਪਰ ਪੁੱਜ ਚੁੱਕਾ ਹੈ। ਇਸ ਸਮੇਂ 11.68 ਲੱਖ ਟਿਊਬਵੈੱਲ ਧਰਤੀ ਦੀ ਹਿੱਕ 'ਚੋਂ ਪਾਣੀ ਖਿੱਚ ਰਹੇ ਨੇ ਤੇ ਇਹਨਾਂ ਦੀ ਗਿਣਤੀ 'ਚ ਦਿਨੋ-ਦਿਨੀ ਇਜ਼ਾਫਾ ਹੁੰਦਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਇਰਾਂ ਦਾ ਕਹਿਣਾ ਹੈ ਕਿ 1 ਕਿਲੋ ਝੋਨਾ ਉਗਾਉਣ ਦੇ ਲਈ 4800 ਕਰੋੜ ਕਿਊਬਿਕ ਪਾਣੀ ਬਰਬਾਦ ਕੀਤਾ ਜਾ ਰਿਹਾ। ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਵੀ ਪੰਜਾਬ ਵਿੱਚ ਧਾਰਤੀ ਹਿੱਟ ਲਈ ਪਾਣੀ ਦੇ ਪੱਧਰ ਨੂੰ ਬਚਾਉਣ ਲਈ 10 ਲੱਖ ਹੈਕਟੇਅਰ ਰੱਖ ਵਿੱਚ ਝੋਨੇ ਦੀ ਫਸਲ ਘਟਾਉਣ ਦਾ ਸੁਝਾਅ ਦਿੱਤਾ ਹੈ। ਜਿੱਥੇ ਸਾਰੇ ਧਰਮਾਂ ਵਿੱਚ ਪਾਣੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਉੱਥੇ ਹੀ ਵਿਗਿਆਨ ਅਨੁਸਾਰ ਵੀ ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਧਰਤੀ ਦੇ 70% ਹਿੱਸੇ ਉੱਤੇ ਪਾਣੀ ਹੈ ਜਿਸ ਵਿੱਚੋਂ 97.5% ਦੀ ਸਮੁੰਦਰ ਅਤੇ ਹੋਰ ਖਾਰੇ ਪਾਣੀ ਦੇ ਸੋਮੇ ਨੇ। ਬਾਕੀ 2.5% ਪਾਣੀ ਵਿੱਚੋਂ 68.7% ਦੀ ਧਰਮਾਂ ਤੇ ਗਲੇਸ਼ੀਅਰਾਂ ਤੇ ਜੰਮਿਆ ਹੋਇਆ ਕੇਵਲ 3% ਹੀ ਇਸਦੀ ਪਾਣੀ ਭੂਮੀਗਤ ਹੈ ਬਾਕੀ 1.2% ਸਤਹੀ ਪਾਣੀ ਦੇ ਰੂਪ ਵਿੱਚ ਹੈ ਇੰਜ ਜੀਵਨ ਦੀ ਹੋਂਦ ਕਾਇਮ ਰੱਖਣ ਲਈ ਬਹੁਤ ਘੱਟ ਵਰਤਯੋਗ ਪਾਣੀ ਉਪਲਬਧ ਹੈ ਮੌਜੂਦਾ ਦੌਰ ਅਧੀਨ ਪੰਜਾਬ ਪਾਣੀ ਦੇ ਗੰਭੀਰ ਸੰਕਟ 'ਚ ਹੈ ਪੰਜਾਬ ਦੇ ਪਾਣੀਆਂ ਦੇ ਸੰਭਾਲ ਦੇ ਲਈ ਹਰ ਪੰਜਾਬੀ ਦਾ ਯੋਗਦਾਨ ਲੋੜੀਂਦਾ ਹੈ ਦੇਸ਼ ਵਿੱਚ ਨਹਿਰਾਂ ਦੇ ਜਾਲ ਵਿਛੇ ਹੋਣ ਦੇ ਬਾਵਜੂਦ ਪੀਣ ਯੋਗ ਪਾਣੀ ਅਤੇ ਸਿੰਚਾਈ ਯੋਗ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ ਸਾਲ 2010 ਦੌਰਾਨ ਭਾਰਤ ਵਿੱਚ ਕੁੱਲ 700 61 ਕਯੂਬਿਕ ਕਿਲੋਮੀਟਰ ਭੂਮੀਗਤ ਪਾਣੀ ਵਾਰਤਿਆ ਗਿਆ ਜਿਸ ਵਿੱਚੋਂ 688 ਕਯੂਬਿਕ ਕਿਲੋਮੀਟਰ ਖੇਤੀ ਲਈ 56 ਕਯੂਬਿਕ ਕਿਲੋਮੀਟਰ ਘਰੇਲੂ ਵਰਤੋਂ ਅਤੇ ਪੀਣ ਲਈ ਅਤੇ 17 ਕਯੂਬਿਕ ਕਿਲੋਮੀਟਰ ਅਧਯੋਗਕ ਖੇਤਰਾਂ 'ਚ ਵਾਰਤਿਆ ਜਾਂਦਾ ਸੀ ਇਸ ਕਾਰਜ ਲਈ 2 ਕਰੋੜ ਤੋਂ ਜ਼ਿਆਦਾ ਥਿਊਵਲ ਕਨੈਕਸ਼ਨ ਲੱਗੇ ਹੋਏ ਨੇ ਕੇਂਦਰੀ ਭੂਮੀਗਤ ਪਾਣੀ ਬੋਰਡ ਅਨੁਸਾਰ ਭੂਮੀਗਤ ਪਾਣੀ ਦੀ ਉਪਲਬਧਤਾ ਸਾਲ 1947 ਵਿੱਚ 6008 ਕਯੂਬਿਕ ਮੀਟਰ ਸੀ ਜਿਹੜੀ ਕਿ ਸਾਲ 2000 ਦੇ ਵਿੱਚ 2384 ਕਯੂਬਿਕ ਮੀਟਰ ਰਹਿ ਗਈ ਕੁਦਰਤ ਨੇ ਪੰਜਾਬ ਨੂੰ ਅਨਮੋਲ ਪਾਣੀ ਅਤੇ ਜ਼ਰਖੇਜ਼ ਮਿੱਟੀ ਦਾ ਵੱਡਮੁੱਲਾ ਤੋਹਫ਼ਾ ਦਿੱਤਾ ਹੈ ਹਰੀ ਕ੍ਰਾਂਤੀ ਦੌਰਾਨ ਭੂਮੀਗਤ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਡਿੱਗਿਆ ਹੈ ਪੰਜਾਬ ਕੋਲ ਦੇਸ਼ ਦੇ ਭੂਗੋਲਿਕ ਖੇਤਰ ਦਾ ਕੇਵਲ 1.5% ਹਿੱਸਾ ਹੈ ਇਸ ਦੇ ਬਾਵਜੂਦ ਇਹ ਦੇਸ਼ ਦੀ ਕੁੱਲ ਪੈਦਾਵਾਰ ਦਾ 50% ਅਨਾਜ ਉਪਜਾਉਂਦਾ ਹੈ ਪੰਜਾਬ ਦਾ 85% ਭੂਗੋਲਿਕ ਖੇਤਰ ਖੇਤੀਬਾੜੀ ਦੀਨ ਹੋਣ ਕਰਕੇ ਇਸ ਦੀ ਆਰਥਿਕਤਾ ਮੁੱਖ ਤੌਰ ਤੇ ਖੇਤੀ ਉੱਪਰ ਨਿਰਭਰ ਹੈ ਸਾਲ 2011 ਦੌਰਾਨ ਨਹਿਰੀ ਸਿੰਚਾਈ ਦਾ ਖੇਤਰ 27.4% ਸੀ ਅਤੇ ਟਿਊਬਲ ਰਾਹੀਂ ਸਿੰਚਾਈ ਦਾ ਖੇਤਰ 70% ਸੀ ਪੰਜਾਬ ਵਿੱਚ ਹਾੜੀ ਅਤੇ ਸੋਨੇ ਦੀਆਂ ਮੁੱਖ ਦੋ ਫਸਲਾਂ ਹੋਣ ਕਾਰਨ ਖੇਤੀ ਲਈ ਪਾਣੀ ਦੀ ਟੱਕ ਵੀ ਮਾਤਰਾ ਵਿੱਚ ਲੋੜ ਹੈ ਲੰਗੀ ਸਦੀ ਦੌਰਾਨ ਮੱਕੀ ਕਣਕ ਜਾਂ ਗੰਨਾ ਮੱਕੀ ਜਾਂ ਫਿਰ ਕਣਕ ਫਸਲੀ ਚੱਕਰ ਪ੍ਰਚਲਿਤ ਰਹੇ ਪਰ 21ਵੀਂ ਸਦੀ ਚ ਫਸਲੀ ਚੱਕਰ ਦਾ ਮੁੱਖ ਕੇਂਦਰ ਚੋਨਾ ਕਣਕ ਹੀ ਬਣਾ ਦਿੱਤਾ ਗਿਆ ਜਿਸ ਦੇ ਨਾਲ ਸਿੰਜਾਈ ਲਈ ਪਾਣੀ ਦੀ ਮੰਗ ਵੀ ਵਧੀ ਹੈ ਚੋਨੇ ਦੀ ਕਾਸਤ ਸਨ 1970-71 ਚ 54% ਤੋਂ ਬਾਅਦ ਕੇ ਸਨ 2005-06 ਵਿੱਚ 76% ਹੋ ਗਈ ਹੈ ਟਿਊਬੇਲਾਂ ਰਾਹੀਂ ਸਿੰਜਾਈ ਲਈ 55 ਤੋਂ 72% ਹੋ ਗਈਆਂ ਨੇ ਸਨ 1970 ਦਰਾਂ ਲਗਭਗ 2 ਲੱਖ ਟਿਊਬਲ 1980 ਵਿੱਚ 6 ਲੱਖ ਅਤੇ ਹੁਣ ਸੂਬੇ ਵਿੱਚ ਟਿਊਬੇਲਾਂ ਦੀ ਗਿਣਤੀ ਕਰੀਬ 15 ਲੱਖ ਤੱਕ ਪਹੁੰਚ ਗਈ ਹੈ ਟਿਊਬੇਲਾਂ ਦੇ ਇਸ ਵਾਧੇ ਨੇ ਭੂਮੀਗਤ ਪਾਣੀ ਦੇ ਪੱਧਰ ਨੂੰ ਤੇਜ਼ੀ ਨਾਲ ਥੱਲੇ ਕੀਤਾ ਹੈ ਕੁਦਰਤੀ ਲੋਟਕਾਰਨ ਮੌਸਮੀ ਤਬਦੀਲੀਆਂ ਸਦਕਾ ਮੀਂਹ ਘਟ ਗਏ ਨੇ ਨਹਿਰੀ ਸਿੰਜਾਈ ਲਈ ਕੋਈ ਕੁਮੇ ਪ੍ਰਬੰਧ ਨਹੀਂ ਇਹਨਾਂ ਪ੍ਰਸਥਿਤੀਆਂ ਸਦਕਾ ਭੂਮੀਗਤ ਪਾਣੀ ਤੇ ਨਿਰਪਰਤਾ ਵਿਨਰੰਤਰ ਵਧ ਰਹੀ ਹੈ ਸਾਲ 1965 ਤੋਂ ਸਾਲ 1995 ਤੱਕ ਵਾਹੀਯੋਗ ਖੇਤਰ ਦੁੱਗਣਾ ਹੋ ਗਿਆ ਇੰਜ ਭੂਮੀਗਤ ਪਾਣੀ ਦੇ ਪੱਧਰ ਦੇ ਥੱਲੇ ਜਾਣ ਦੇ ਤਿੰਨ ਵੱਡੇ ਕਾਰਨ ਬਣਦੇ ਨੇ ਮੱਕੀ ਦੀ ਫਸਲ ਦੀ ਜਗ੍ਹਾ ਚੌਨੀ ਦੀ ਖੇਤੀ ਫਸਲੀ ਚੱਕਰ ਵਿੱਚ ਜ਼ਮੀਨ ਨੂੰ ਖਾਲੀ ਨਾ ਛੱਡਣਾ ਤੇ ਔਸਤ ਤੋਂ ਘੱਟ ਮੀਂਹ ਦਾ ਪੈਣਾ ਪੰਜਾਬ ਅਤੇ ਹਰਿਆਣਾ ਸਾਡੇ ਦੇਸ਼ ਦੇ ਦੋ ਖੇਤੀ ਪ੍ਰਧਾਨ ਸੂਬੇ ਨੇ ਹਰੀ ਕ੍ਰਾਂਤੀ ਦੇ ਨਾਇਕ ਕਹੇ ਜਾਣ ਵਾਲੇ ਇਹ ਸੂਬੇ ਅੱਜ ਭੂਮੀਗਤ ਪਾਣੀ ਦੇ ਪੱਧਰ ਤੇ ਲਗਾਤਾਰ ਹੀਠਾਂ ਜਾਣ ਦੀ ਸਮੱਸਿਆ ਨਾਲ ਚੂਚ ਰਹੇ ਨੇ ਪੰਜਾਬ ਵਿੱਚ ਸਾਲਾਨਾ ਕੋਲ 21. 44 ਬਿਲੀਅਨ ਕਿਊਮਿਕ ਮੀਟਰ ਭੂਮੀਗਤ ਪਾਣੀ ਦੀ ਉਪਲਬਧਤਾ ਹੁੰਦੀ ਹੈ ਪਰ 31.16 ਭੂਮੀਗਤ ਪਾਣੀ ਘਟਿਆਛਾਰਿਆ ਭੂਮੀਗਤ ਪਾਣੀ ਦੇ ਨਿਕਾਸ ਲਈ ਸਭ ਤੋਂ ਵੱਧ ਦਰ ਫਤੇਗੜ ਸਾਹਿਬ ਅੰਮ੍ਰਿਤਸਰ ਜਲੰਧਰ ਕਪੂਰਥਲਾ ਲੁਧਿਆਣਾ ਮਾਨਸਾ ਮੋਗਾ ਨਵਾਸ਼ਹਿਰ ਪਟਿਆਲਾ ਅਤੇ ਸੰਗਰੂਰ ਵਿੱਚ ਇਸ ਕਾਰਨ ਪਾਣੀ ਦਾ ਪੱਧਰ 30 ਮੀਟਰ ਤੋਂ ਵੱਧ ਥੱਲੇ ਚਲੇ ਗਿਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਸ਼ੰਕਰ ਬਲਾਕ ਦਾ ਪਾਣੀ 50 ਮੀਟਰ ਤੋਂ ਥੱਲੇ ਚਲੇ ਗਿਆ ਭੂਮੀਗਤ ਪਾਣੀ ਦਾ ਪੱਧਰ ਖਤਰੇ ਦੀ ਹੱਦ ਪਾਰ ਕਰਨ ਵਾਲੇ 138 ਵਿੱਚੋਂ 103 ਬਲਾਕ ਨੇ ਜੀ ਕਿ ਸਾਲ 1984 ਚ 64 ਸ ਇਹਨਾਂ ਵਿੱਚੋਂ 5 ਬਲਾਕ ਰੈੱਡ ਜ਼ੋਨ ਚ ਨੇ ਅਤੇ 4 ਬਲਾਕ ਰੈੱਡ ਜ਼ੋਨ ਵੱਲ ਵਧ ਰਹੇ ਨੇ ਪਾਣੀ ਦੀ ਸੰਭਾਲ ਦੇ ਬੰਦੋਬਸਤ ਨੂੰ ਅਸੀਂ ਦੋ ਭਾਗਾਂ 'ਚ ਵੰਡ ਸਕਦੇ ਹਾਂ ਪਹਿਲਾ ਤਾਰਤੀ ਹੀਠੋਂ ਪਾਣੀ ਦੇ ਨਿਕਾਸ ਨੂੰ ਘੱਟ ਕਰਨਾ ਤੇ ਦੂਜਾ ਭੂਮੀਗਤ ਪਾਣੀ ਵਿੱਚ ਰੀਚਾਰਜਿੰਗ ਨੂੰ ਵਧਾਉਣਾ ਪਾਣੀ ਦਾ ਵੱਡਾ ਹਿੱਸਾ ਝੋਨਾ ਕਣਕ ਦੇ ਫਸਲੀ ਚੱਕਰ ਦੀ ਭੇਂਟ ਚੜਦਾ ਹੈ ਝੋਨਾ ਅਤੇ ਕਣਕ ਤੋਂ ਇਲਾਵਾ ਹੋਰ ਫਸਲਾਂ ਦੇ ਪੱਕੇ ਮੁੱਲ ਦੇ ਨਿਰਧਾਰਨ ਦੀ ਲੋੜ ਹੈ ਤਾਂ ਜੋ ਹੁਣ ਚੱਲ ਰਹੇ ਮੁੱਖ ਫਸਲੀ ਚੱਕਰ 'ਚ ਬਦਲਾਅ ਕੀਤਾ ਜਾ ਸਕੇ ਹਾੜੀ ਦੇ ਸਮੇਂ ਕਣਕ ਨੂੰ ਤੇਲ ਬੀਜ ਬਾਜਰਾ ਅਤੇ ਮੱਕੀ ਨਾਲ ਅਤੇ ਸੌਣੀ ਦੇ ਸਮੇਂ ਝੋਨੇ ਨੂੰ ਕਪਾਹ ਮੱਕੀ ਦਾਣਾ ਅਤੇ ਬਾਸਮਤੀ ਨਾਲ ਬਦਲਿਆ ਜਾ ਸਕਦਾ ਹੈ ਪੰਜਾਬੇ ਨੂੰ ਬਿਲੇਹਾਰੀ ਕੁਦਰਤ ਵਸਿਆ ਦੇ ਆਧਾਰ ਨੂੰ ਸਮਝਣ ਦੀ ਲੋੜ ਹੈ ਸਿੰਚਾਈ ਦੇ ਲਈ ਕਿਸਾਨਾਂ ਨੂੰ ਤੁਪਕਾ ਅਤੇ ਫੁਹਾਰਾ ਪ੍ਰਣਾਲੀ ਅਪਣਾਉਣ ਦੀ ਲੋੜ ਹੈ ਹਰ ਸਾਲ ਮੀਂਹ ਦਾ ਕਰੀਬ 40% ਦਾ ਪਾਣੀ ਵਹਿ ਜਾਂਦਾ ਹੈ ਪੰਜਾਬ ਵਿੱਚ ਮੌਜੂਦਾ ਡਰੇਨਾ ਬਰਸਾਤੀ ਨਾਲਿਆਂ ਦੇ ਨਾਲ ਕਰੀਬ 3400 ਕਿਲੋਮੀਟਰ ਤੇ ਛੋਟੇ-ਛੋਟੇ ਡੈਮ ਬਣਾ ਕੇ ਬੋਰ ਰਾਹੀਂ ਪਾਣੀ ਨੂੰ ਜ਼ਮੀਨ ਦੋਜ਼ ਪਾਣੀ ਵਿੱਚ ਰੀਚਾਰਜ ਕੀਤਾ ਜਾ ਸਕਦਾ ਹੈ 5000 ਕਿਲੋਮੀਟਰ ਦੇ ਲਗਭਗ ਬੰਛਰ ਪਈਆਂ ਜ਼ਮੀਨਾਂ ਨੂੰ ਮੀਂਹ ਦੇ ਵਾਧੂ ਵਹਿੰਦੇ ਪਾਣੀ ਨੂੰ ਭੰਡਾਰ ਕਰਨ ਲਈ ਛੱਪੜਾਂ ਦਾ ਕੰਮ ਲਿਆ ਜਾ ਸਕਦਾ ਹੈ। ਇਹ ਪਾਣੀ ਕੁਦਰਤੀ ਤੱਤਾਂ ਨਾਲ ਭਪੂਰ ਹੋਣ ਕਰਕੇ ਰੀਚਾਰਜਿੰਗ ਅਤੇ ਸਿੰਚਾਈ ਦੇ ਕੰਮ ਆ ਸਕਦੇ ਨੇ। ਪੰਜਾਬ ਦੇ ਪ੍ਰਮੁੱਖ ਦਰਿਆਵਾਂ ਵਿੱਚ ਮੀਂਹ ਸਮੇਂ ਡੈਮਾਂ ਤੋਂ ਛੱਡਿਆ ਪਾਣੀ ਵੀ ਡਰੇਨਾਂ 'ਚ ਪਾ ਕੇ ਬਨੌਟੀ ਰੀਚਾਰਜਿੰਗ ਦੇ ਕੰਮ ਲਿਆਇਆ ਜਾ ਸਕਦਾ ਹੈ। ਪਾਣੀ ਦੀ ਹਰ ਬੂੰਦ ਨੂੰ ਬਚਾਉਣ ਸਮੇਂ ਦੀ ਲੋੜ ਹੈ। ਮੀਂਹ ਦੇ ਪਾਣੀ ਨੂੰ ਬਚਾਉਣ ਲਈ ਘਰਾਂ ਵਿੱਚ ਰੀਚਾਰਜਿੰਗ ਸਿਸਟਮ ਬਣਾਉਣੇ ਚਾਹੀਦੇ ਨੇ। ਸੁਭਾ ਸਰਕਾਰ ਨੇ ਸੰ 2005 ਤੋਂ ਕਿਸੇ ਵੀ 200 ਵਰਗ ਮੀਟਰ ਤੋਂ ਵੱਡੀ ਇਮਾਰ ਪੋਰ ਕਰਵਾਉਣਾ ਲਾਜ਼ਮੀ ਕਰ ਦਤਾ ਹੈ ਪੂਰੀ ਦੁਨੀਆ ਪਾਣੀ ਦੇ ਸੰਕਟ ਚ ਕਿਰੀ ਹੋਈ ਹੈ ਸਾਊਥ ਅਫਰੀਕਾ ਦੇ ਕੇਪ ਟਾਊਨ ਵਰਗੇ ਦੁਨੀਆ ਦੇ 10 ਮਹਾਨਗਰ ਪਾਣੀ ਦੇ ਸੰਕਟ ਚ ਕਿਰੇ ਹੋਏ ਨੇ ਭਾਰਤ ਵਿੱਚ ਹੀ ਹਾਲਾਤ ਬਹੁਤ ਬੁਰੇ ਨੇ ਇਸ ਸੰਕਟ ਦੇ ਹੱਲ ਲਈ ਸਰਕਾਰ ਅਤੇ ਸਮਾਜ ਦੋਵਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ 100% ਦੀ ਸਿੰਚਾਈ ਹੁੰਦੀ ਹੈ ਪੰਜਾਬ 'ਚ ਦਰਿਆ ਅਤੇ ਨਹਿਰਾ ਮੌਜੂਦ ਨੇ ਪਰ ਖੇਤੀ ਦੀ 50% ਤੋਂ ਵੱਧ ਪਾਣੀ ਜ਼ਮੀਨ 'ਚੋਂ ਕੱਟ ਕੇ ਵਰਤਿਆ ਜਾਂਦਾ ਇਹ ਬਹੁਤ ਹੀ ਅਜੀਬ ਹਾਲਾਤ ਨੇ ਖੇਤੀ ਲਈ ਪਾਣੀ ਜ਼ਮੀਨ 'ਚੋਂ ਕੱਢਿਆ ਜਾਂਦਾ ਅਤੇ ਨਹਿਰੀ ਪਾਣੀ ਅੱਗੇ ਵਗ ਜਾਂਦਾ ਅੱਜ ਤੋਂ ਕੁਝ ਤਹਾਕੇ ਪਹਿਲਾਂ ਜਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਜਿਸ ਹਿਸਾਬ ਨਾਲ ਅਸੀਂ ਪੰਜਾਬ ਵਿੱਚੋਂ ਜ਼ਮੀਨੀ ਪਾਣੀ ਕੱਢ ਰਹੇ ਹਾਂ ਉਸ ਹਿਸਾਬ ਨਾਲ ਪੰਜਾਬ ਦਾ ਜ਼ਮੀਨੀ ਪਾਣੀ ਮੁੱਕ ਜਾਵੇਗਾ ਤਾਂ ਬਹੁਤੇ ਲੋਕ ਇਹ ਕਹਿ ਦਿੰਦੇ ਸੀ ਕਿ ਐਵੇਂ ਬਸ ਗੱਲਾਂ ਨੇ ਜ਼ਮੀਨ ਵਿੱਚੋਂ ਪਾਣੀ ਵੀ ਕਦੇ ਮੁੱਕਿਆ ਪਰ ਹੁਣ ਬਹੁਤੇ ਲੋਕ ਇਹ ਗੱਲ ਨਹੀਂ ਕਹਿੰਦੇ ਕਿਉਂਕਿ ਜਿਸ ਰਫ਼ਤਾਰ ਦੇ ਨਾਲ ਪੰਜਾਬ 'ਚ ਜ਼ਮੀਨੀ ਪਾਣੀ ਦਾ ਪੱਧਰ ਹੀਠਾਂ ਜਾ ਰਿਹਾ ਉਸ ਦਾ ਅਸਰ ਹੁਣ ਸਧਾਰਨ ਸਬਜਣ ਵਾਲਿਆਂ ਨੂੰ ਸਾਫ਼ ਦਿਖ ਰਿਹਾ ਇਸ ਵਾਰ ਬਰਸਾਤ ਤੋਂ ਪਹਿਲਾਂ ਕੁਝ ਦਿਨ ਹੀ ਔੜਦੇ ਰਹੇ ਤਾਂ ਲੋਕਾਈ 'ਚ ਹਾਹਾਕਾਰ ਮੱਚੀ ਪਰ ਹੁਣ ਬਰਸਾਤ ਸ਼ੁਰੂ ਹੋਗੀ ਤੇ ਬਿਜਲੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਤੇ ਅਸੀਂ ਫਿਰ ਸਭ ਕੁਝ ਭੁੱਲ ਜਾਵਾਂਗੇ। ਭਾਵੇਂ ਹਾਲ ਵੀ ਪੰਜਾਬੀ ਵਿੱਚ ਜ਼ਮੀਨ ਪਾਣੀ ਦੇ ਸੰਕਟ ਦੀ ਗੰਭੀਰਤਾ ਬਾਰੇ ਲੋਕ ਪੂਰੀ ਤਰ੍ਹਾਂ ਸचेਤ ਨਹੀਂ ਨੇ। ਹਾਲਾਂਕਿ ਸਥਿਤੀ ਇਹ ਕਿ ਬਹੁਤਾ ਪੰਜਾਬ ਹੁਣ ਪੀਣ ਵਾਲੇ ਪਾਣੀ ਲਈ ਵੀ ਬਿਜਲੀ ਉੱਤੇ ਚੱਲਣ ਵਾਲੀਆਂ ਮੋਟਰਾਂ 'ਤੇ ਨਿਰਭਰ ਹੈ। ਸਿਰਫ ਖੇਤਾਂ ਨੂੰ ਹੀ ਨਹੀਂ ਬਿਜਲੀ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਦਾ ਬਹੁਤਾ ਹਿੱਸਾ ਹੁਣ ਪੀਣ ਵਾਲੇ ਪਾਣੀ ਵੀ ਤੇਲ ਜਨਰੇਟਰ ਬਾਲ ਕੇ ਜ਼ਮੀਨ ਹੇਠੋਂ ਕੱਢਦੇ ਨੇ ਪੰਜਾਬ ਵਿੱਚ ਹੁਣ ਬਹੁਤਾ ਥੋੜੇ ਘਰ ਹੋਣਗੇ ਜਿਨ੍ਹਾਂ ਨੂੰ ਬਿਨਾਂ ਬਿਜਲੀ ਤੋਂ ਪੀਣ ਵਾਲਾ ਪਾਣੀ ਨਲਕਿਆਂ ਰਾਹੀਂ ਮਿਲਦਾ ਹੋਵੇਗਾ ਵੈਸੇ ਇਹ ਕੋਈ ਵੱਡੀ ਸਾਇੰਸ ਵੀ ਨਹੀਂ ਹੈ ਕਿ ਸਾਡੇ ਸਮਝ ਨਹੀਂ ਆ ਰਹੀ ਲੋੜ ਤਾਂ ਇਸ ਗੱਲ ਦੀ ਹੈ ਕਿ ਪਾਣੀ ਦੇ ਪ੍ਰਦੂਸ਼ਣ ਧਰਤੀ ਅਤੇ ਪਾਣੀ ਦੀ ਬਰਬਾਦੀ ਰੋਕਣ ਲਈ ਕਾਨੂੰਨ ਬਣਨੇ ਚਾਹੀਦੇ ਨੇ ਕੁਦਰਤੀ ਸਾਧਨਾ ਦੇ ਨੁਕਸਾਨ ਦਾ ਹਿਸਾਬ ਕਿਤਾਬ ਵਿਧਾਨ ਸਭਾ ਦੇ ਸੰਸਦ ਰੱਖ ਕੇ ਵਿਕਾਸ ਦੇ ਨਾਂ ਤੇ ਚੱਲ ਰਹੇ ਨਦੀ ਜਲ ਪ੍ਰਦੂਸ਼ਣ ਤੇ ਬਰਬਾਦੀ ਨੂੰ ਪੂਰੇ ਦੇਸ਼ ਚ ਰੋਕਣਾ ਜ਼ਰੂਰੀ ਹੈ ਜੇ ਇਹ ਨਾ ਹੋਇਆ ਤਾਂ ਜ਼ਿੰਦਗੀ ਜਿਉਣੀ ਮੁਸ਼ਕਲ ਹੋ ਜਾਊਗੀ ਤੇ ਇਹ ਖੋਤੀ ਵਿਕਾਸ ਮਨੁੱਖੀ ਹੋਣ ਲਈ ਵਿਨਾਸ਼ ਦਾ ਕਾਰਨ ਬਣ ਜਾਏਗਾ ਜਿੱਥੇ ਲੋਕ ਬਿਮਾਰ ਹੋਣਗੇ ਉੱਥੇ ਫਿਰ ਕੌਣ ਜੋ ਲਾਊਗਾ ਫਿਰ ਉੱਥੇ ਕਿਹੋ ਜਿਹਾ ਵਿਕਾਸ ਹੋਊਗਾ ਇਸ ਨੂੰ ਤੁਸੀਂ ਭਲੀ ਭਾਂਤੀ ਜਾਣ ਸਕਦੇ ਹੋ ਜਿਨ੍ਹਾਂ ਵਿਕਾਸ ਪ੍ਰੋਜੈਕਟਾਂ ਨੇ ਦੇਸ਼ ਤੇ ਮਨੁੱਖਤਾ ਨੂੰ ਤਬਾਹ ਕੀਤਾ ਹੈ ਉਹਨਾਂ ਨੂੰ ਰੋਕਵਾਣਾ ਤੇ ਲੋਕਾਂ ਲਈ ਪਾਣੀ ਜ਼ਮੀਨ ਜੰਗਲ ਜੰਗਲੀ ਜੀਵਨ ਨੂੰ ਖੁਸ਼ਹਾਲ ਬਣਾਉਣ ਦਾ ਰਾਸਤਾ ਸੁਲਝਾਣਾ ਵੀ ਜ਼ਰੂਰੀ ਹੈ ਇਸ ਸਬੰਧੀ ਲੋਕਾਂ ਨੂੰ ਜਾਗਰਤ ਹੋਣਾ ਬਹੁਤ ਜ਼ਰੂਰੀ ਹੈ ਤੇ ਇਹ ਮੁੱਦਾ ਸਭ ਸਿਆਸੀ ਪਾਰਟੀਆਂ ਦਾ ਏਜੰਡਾ ਵੀ ਹੋਣਾ ਚਾਹੀਦਾ ਹੈ ਇਹੀ ਹੈ ਕਿ ਸੰਭਵ ਹੈ ਕਿ ਲੋਕ ਆਪਣੀ ਜ਼ਿੰਦਗੀ ਪ੍ਰਤੀ ਸੁਚੇਤ ਹੋਣਗੇ ਹੁਣ ਜਦੋਂ ਆਉਂਦੇ ਕਰੀਬ ਡੇਢ ਦਹਾਕੇ ਦੇ ਵਿੱਚ ਪੰਜਾਬ ਦੇ 300 ਮੀਟਰ ਜਾਨੀ ਕਿ 1000 ਫੁੱਟ ਤੱਕ ਦੇ ਜ਼ਮੀਨੀ ਪਾਣੀ ਦੇ ਤਿੰਨ ਪੱਤਣ ਮੁਕ ਜਾਣਗੇ ਤਾਂ ਪੰਜਾਬ ਦੀ ਹਾਲਤ ਕੀ ਹੋਊਗੀ ਏਕ ਹਰਿਆ ਭਰਿਆ ਤੇ ਖੁਸ਼ਹਾਲ ਖੇਤਾਂ ਹੋਊਗਾ ਜਾਂ ਇਸ ਦੀ ਹਾਲਤ ਕਿਸੇ ਮਾਰੂਥਲ ਵਰਗੀ ਹੋਏਗੀ ਇਸ ਬਾਰੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਜੀਵਨਗੀ ਤਾਂ ਥਾਰੂ ਜਿਹੜਾ ਮਾਰੂਥਲ ਹੈ ਉਹਦੇ ਵਿੱਚ ਵੀ ਚਲਦੀ ਹੈ ਪਰ ਚਲਦੀ ਕਿਵੇਂ ਹੈ ਇਸ ਬਾਰੇ ਜਿਹੜਾ ਬਿਜਲੀ ਇੰਟਰਨੈਟ ਹੈ ਉੱਤੇ ਬਹੁਤੀ ਜਾਣਕਾਰੀ ਮਿਲ ਜਾਂਦੀ ਹੈ ਜਿਸ ਤੇ ਪੰਜਾਬ ਦੇ ਉਸ ਭਵਿੱਖ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਿਸ ਦੀ ਕਾਮਨਾ ਭਾਵੇਂ ਸਾਡੇ ਵਿੱਚੋਂ ਕੋਈ ਵੀ ਨਹੀਂ ਕਰ ਗਿਆ ਪਰ ਜਿਸ ਵੱਲ ਅਸੀਂ ਸਮੂਹਿਕ ਤੌਰ ਤੇ ਬੇਰੋਗ ਤੁਰੇ ਜਾ ਰਹੇ ਹਾਂ ਇਸ ਲਈ ਸਾਨੂੰ ਇਸ ਪਾਸੇ ਸੋਚਣਾ ਬਹੁਤ ਜ਼ਰੂਰੀ ਹੈ